ਬੱਦਲ ਹੋਇਆ, ਮੀਂਹ ਪੈ ਰਿਹਾ ਅਤੇ ਮੀਂਹ ਦਾ ਇਹ ਮੀਂਹ 'ਚ ਲੁਤਫ ਲੈਣ ਲੱਗੀ ਹਾਂ ਪਕੌੜਿਆਂ ਦਾ। ਕਿੰਨਾ ਗਹਿਰਾ ਬੱਦਲ ਆ, ਇਹ ਮੱਝ ਸੌਣ ਵਾਲੀ ਆ, ਅੱਜ ਕੱਲ੍ਹ ਨੂੰ ਵਧਾਈਆਂ ਕਰ ਦੂਗੀ ਇਹ ਅਤੇ ਬੋਲੀ ਖਾਵਾਂਗੇ। ਅਤੇ ਆਹ ਹੈਗੀ ਆ ਸਾਡੀ ਮੋਟਰਸਾਈਕਲ ਦੇ ਪਰਲੇ ਪਾਸੇ ਕਿਚਨ, ਜਿੱਥੇ ਚੁੱਲ੍ਹਾ ਚੌਂਕਾ, ਜਿੱਥੇ ਸਾਰਾ ਕੁਛ ਬਣਾਊਂਗਾ। ਇਹ ਹੈਗੀ ਆ ਪਾਕਿਸਤਾਨੀ ਬੁੱਲੀ ਨਸਲ ਦੀ ਵਿੱਚ ਠੰਡ ਮੰਨਦੀ ਆ ਦੂਰੀ ਇੱਦਾਂ ਚੱਕਣਾ ਪਕੌੜਾ ਤੂੰ ਵੀ। ਸਾਡੇ ਕੁੱਕ ਸਾਹਿਬ ਇਹਨਾਂ ਨੇ ਦੁਬਈ ਵਾਹਵਾ ਚਿਰ ਲਾਇਆ ਆ ਅਤੇ ਹੁਣ ਉੱਥੋਂ ਸਿੱਖੇ ਆ ਕੰਮ ਸਾਰਾ। ਇਹ ਕੀ ਲੈ ਕੇ ਆਏ ਜੀ? ਕਿਆ ਬਾਤ ਹੈ, ਸਾਡੇ ਵੱਡੇ ਭਾਜੀ ਆ ਉਦਾਂ। ਅਤੇ ਇਹ ਰੈਸਪੀਆਂ ਸਾਰੀਆਂ ਇਹ ਦੱਸਣੀਆਂ ਨਹੀਂ ਕਿਤੇ KFC ਵਾਂਗੂ ਹੀ ਆ। ਸਿੱਧੇ ਤਾਜ਼ਾ ਕੰਮ, ਕੋਈ ਇੱਕ ਚੀਜ਼ ਨਹੀਂ ਵੀ ਜਿਹੜੀ ਪੁਰਾਣੀ ਹੋਵੇ। ਨਾਗ ਗਹਿਣ ਲਓ ਕਿੰਨੇ ਆ। ਇੱਥੋਂ ਪੱਟੇ ਆ ਗੰਢੇ ਅਸੀਂ ਅਤੇ ਪਾਲਕ ਉਹ ਅੱਗੇ ਲੱਗੀ ਹੋਈ ਆ। ਆਹ ਇੱਧਰ ਪਾਲਕ ਆ, ਗਾਹਾਂ ਧਨੀਏ ਪਾਲਕ ਜੋ ਨਿੱਕੜ ਸੁੱਕੜ ਉਹਦੇ 'ਚ ਪੈਣਾ ਸਾਰਾ ਉਹ ਇੱਥੇ ਹੀ ਆ ਖੂਹ 'ਤੇ। ਸਰੋਂ ਦਾ ਤੇਲ ਡੀਜ਼ਲ ਪਾ ਲਈ ਪੁਰਾਣੀ ਇੱਥੇ ਉਸੀ ਜਗਾੜ ਆ ਸਾਰਾ ਕੁਛ। ਚਮਟਾ ਜਿਹਾ ਲਾ ਪਿੱਛੇ ਬੜਾ ਚੱਕਣ ਵਾਲਾ ਅੱਠ ਪੁੱਠਾ ਹੋ ਜਾਣਾ। ਛੋਟੀ ਆ ਪਾਣੀ, ਪਾਣੀ ਵੀ ਛੋਟੀ ਆ, ਬੰਦਾ ਚੱਕਣ ਵਾਲਾ ਉੱਥੇ ਬੈਠੇ ਉਹ ਤੇ ਬੈਠੇ ਨਾ ਚੁੱਲ੍ਹੇ ਵਾਲੇ ਬੰਨੇ। ਮੈਂ ਬਹਿ ਨਾ ਟੋਕਰੀ ਪਿੱਛੇ ਕਰ ਖੂਹ ਦਾ ਵਿਊ। ਇੱਥੇ ਚੱਲ ਰਿਹਾ ਸਾਡਾ ਤਾਮ ਜਾਮ, ਲੱਕੜ
ਇੱਥੇ ਰੱਖ ਲੈ ਟੋਕਰੀ ਇਹਨਾਂ ਲੱਕੜਾਂ ਦੇ ਉੱਤੇ ਮੁੜ ਕੇ ਮਾੜਾ ਜਿਹਾ ਫਿਰ ਗਿਆ ਤਾਂ ਉੱਠਾਂ ਦੇ ਹੋ ਗਿਆ ਨਹੀਂ ਪਹਿਲੇ ਰਹਿਣ ਵੀ ਕਿਤੇ ਕਿਤੇ ਜਾਏ ਜਿੰਨਾ ਚਿਰ ਨਵਾਂ ਦੇ ਦੇ ਤਕਰੀਬਨ ਲੂਣ ਲਾਉਣ ਦੇਖ ਲਓ ਲੂਣ ਲੱਭਣਾ ਪੈਣਾ ਪੈਕਟ ਮਾਂ ਨੂੰ ਪਤਾ ਨਾ ਹੁਣ ਕਿੱਥੇ ਆ ਕਾਲੀ ਚੱਕ ਲਾ ਨਾਲੇ ਪਤਾ ਲੱਗ ਜੂ ਕੱਚੇ ਕੋ ਪੱਕੇ ਤਾਂ ਟੋਕਰੀ ਲਾ ਕੇ ਤੇਲ ਦੀ ਸ਼ੋਰਟ ਹੀ ਆ ਹਿਸਾਬ ਮੈਂ ਚੱਕੀ ਤੇਲ ਝਾੜ ਝਾੜ ਦੇ ਲੱਗਣ ਮਿਰਚ ਤਾਂ ਤਸੱਲੀ ਵਾਲੀ ਆ ਪੂਰੀ ਮਿਰਚ ਵੈਸੇ ਮਿਰਚ ਨਾਲ ਗੱਲ ਬਣਨੀ ਬੜੀਆ ਘੈਂਟ ਨਹੀਂ ਘੈਂਟ ਪੂਰਾ ਘੈਂਟ ਵਧੀਆ ਬਣ ਗਿਆ ਘਰ ਦੀ ਚੀਜ਼ ਵਧੀਆ ਭਾਈ ਤੁਸੀਂ ਕੋਈ ਗੱਲ ਨੀ ਕਰਦੇ ਤੁਸੀਂ ਰੈਸਪੀ ਤੁਹਾਡੀ ਆ ਸਾਰੀ ਨਹੀਂ ਨਹੀਂ ਥੋੜੀ ਜਿਆਦੀ ਪਾਲਾ ਤੂੰ ਆਪਣੇ ਲਈ ਥੋੜੀ ਹਿਸਾਬ ਇਹਨੂੰ ਕਹਿੰਦੇ ਗੱਲਾਂ ਬਾਤਾਂ ਗਾਂ ਦੀਆਂ ਹੁਣ ਨੀ ਮੰਨਦੇ ਹੁਣ ਥੋੜਾ ਥੋੜਾ ਖਾ ਲਈਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਇਹ ਬਣ ਰਹੇ ਆ ਖੂਹ 'ਤੇ ਮੋਟਰ 'ਤੇ ਪਕੌੜੇ ਅਤੇ ਸਾਰੇ ਯਾਰ ਬੇਲੀ ਇਕੱਠੇ ਹੋਏ ਸੀਗੇ ਅਤੇ ਨਾਲੇ ਜਿਹੜਾ ਵੈਦਰ ਦਾ ਨੂੰ ਇੰਜੋਏ ਕੀਤਾ ਜਾ ਰਿਹਾ ਮੀਂਹ ਮੂੰਹ ਪੈ ਰਿਹਾ ਸੀਗਾ ਅਤੇ ਸਲਾਹ ਬਣੀ ਵੀ ਚਲੋ ਖੂਹ 'ਤੇ ਪਕੌੜਾ ਪਕੌੜਾ ਬਣੇ ਹੈ ਨਾ ਅਤੇ ਖੂਹ 'ਤੇ ਕਰ ਰਹੇ ਹਾਂ ਇੰਜੋਏ ਅਤੇ ਨਾਲ ਨਾਲ ਖਾਣ ਪੀਣ ਅਤੇ ਨਾਲ ਨਾਲ ਵੀਡੀਓ ਤੁਹਾਨੂੰ ਦਿਖਾਉਣ ਲਈ ਵੀ ਇੱਦਾਂ ਇੰਟਰਟੇਨਮੈਂਟ ਹੋ ਰਿਹਾ ਉਹ ਸਾ ਪੁਲਿਸ ਗਿਆ ਪਿੱਛੇ ਪੁਲਿਸ ਹੈਲੋ ਕਰਦੇ ਇਹ ਪੁਲਿਸ ਗਿਆ ਤੀਰਥ ਸੋ ਇੰਜੋਏ ਕਰ ਰਹੇ ਹਾਂ ਪਕੌੜਿਆਂ ਦੇ ਨਾਲ ਅਤੇ ਇੱਦਾਂ ਹੀ ਕਿਸੇ ਦਿਨ ਹੋਰ ਕੋਈ ਸ਼ੈ ਵੀ ਬਣਾਈ ਜਾਊਗੀ ਕੁੱਤੇ ਤਾਂ ਤੁਸੀਂ ਉਹਨੂੰ ਵੀ ਇੰਜੋਏ ਕਰਿਓ ਅਤੇ ਹੁਣ ਬਸ ਚਟਣੀਆਂ ਚੁਟਣੀਆਂ ਰੈਡੀ ਆ ਸੋਸਾਂ ਸੂਸਾਂ ਤਾਂ ਬਸ ਹੁਣ ਜਿਵੇਂ ਜੇ ਨਿਕਲਦੇ ਨਾਲੋਂ ਨਾਲ ਹੀ ਚੱਕ ਹੋਈ ਜਾਂਦੇ ਆ ਕੋਈ ਸਬਰ ਜਿਹੀ ਵਾਲੀ ਗੱਲ ਹੈ ਨਹੀਂ ਗੀ ਸਾਡੇ 'ਚ ਨਾਲੋਂ ਨਾਲ ਹੀ ਲੂਣ ਲਾਲ ਅਤੇ ਉਹ ਬਹੁਤ ਸਵਾਦ ਕਰਦੇ ਖਾਈ ਜਾਂਦੇ ਤਾਂ ਦੇਖੋ ਕਰੋ ਇੰਜੋਏ ਵੀਡੀਓ ਨੂੰ ਅਤੇ ਬਾਕੀ ਆਪਣਾ ਚੈਨਲ ਯੂਟਿਊਬ 'ਤੇ ਫੇਸਬੁੱਕ 'ਤੇ ਪੇਜ ਹੈ ਮਨੀ ਕਲਾਰ ਓਫੀਸ਼ੀਅਲ ਯੂਟਿਊਬ 'ਤੇ ਚੈਨਲ ਹੈ ਮਨੀ ਕਲਾਰ ਓਫੀਸ਼ੀਅਲ ਦਾ ਉਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਹਾਸਾ ਠੱਠਾ ਔਰ ਇਹ ਚੀਜ਼ਾਂ ਨਾਲ ਇੰਜੋਏ ਕਰਵਾਉਂਦੇ ਰਹਾਂਗੇ ਨਾਲੇ ਸ਼ੋਰਟ ਫਿਲਮਾਂ ਦੇ ਨਾਲ ਅਤੇ ਨਾਲੇ ਫਨੀ ਕਲਿੱਪਾਂ ਦੇ ਨਾਲ ਤੁਹਾਨੂੰ ਇੰਜੋਏ ਕਰਵਾਉਂਦੇ ਰਹਿਣਾ ਅਤੇ ਤੁਸੀਂ ਇੰਜੋਏ ਕਰਦੇ ਰਹੋ ਅਤੇ ਲਾਈਕ ਜ਼ਰੂਰ ਕਰਿਓ ਜੇ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਕਰ ਦਿਓ ਸਾਰਿਆਂ ਦਾ ਥੈਂਕ ਯੂ ਅਤੇ ਕਰੋ ਇੰਜੋਏ ਇਹ ਸੱਪ ਦੀ ਕੁੰਜ ਲਾਈ ਹੋਈ ਹੈ ਅੰਦਰ ਇਹ ਪਤਾ ਨਹੀਂ ਕਿੱਥੇ ਲਾਈ ਸੀਗੀ ਇੱਥੇ ਟੰਗ ਦਿੱਤੀ ਹੈ ਦੇਖੋ ਪੂਰੀ ਪੂਰੀ ਆਹ ਪੂਛ ਤੱਕ ਉਹ ਪੂਛ ਅਤੇ ਆਹ ਦੇ ਮੂੰਹ ਫੇਸ